ਆਪ ਫਰਮਾਨੇ ਮੇਰੀ ਵਾਲਦਾ ਬਿਮਾਰ ਹੋਈਆਂ ਅਤੇ ਮੈਂ ਵਾਸ਼ਰੂਮ ਤੱਕ ਲੈ ਕੇ ਜਾਂਦਾ ਸਾਂ ਅਤੇ ਉਹਨਾਂ ਦਾ ਪਿਸ਼ਾਬ ਨਿਕਲ ਜਾਂਦਾ ਸੀ। ਉਹ ਬੱਚਾ ਤਾਂ ਖੁਦਾ ਦੀ ਕਸਮੇ ਥੱਕ ਜਾਂਦਾ ਹੈ, ਲੇਕਿਨ ਆਪ ਫਰਮਾਨੇ ਨੇ ਕਿ ਆਪ ਜਦੋਂ ਮੇਰੇ ਉੱਤੇ ਪਿਸ਼ਾਬ ਕਰਦੀਆਂ ਸਨ ਅਤੇ ਮੇਰੇ ਦਿਲ ਨੂੰ ਠੰਡ ਆਪ ਫਰਮਾਨੇ ਕਿ ਮੇਰੇ ਦਿਲ ਨੂੰ ਮਾਂ ਜਦੋਂ ਪਿਸ਼ਾਬ 'ਤੇ ਕਰ ਦਿੰਦੀ ਸੀ ਅਤੇ ਹਜ਼ਰਤ ਅਬੂ ਹੁਰੈਰਾ ਆਪ ਫਰਮਾਨੇ ਨੇ ਕਿ ਮੇਰੇ ਦਿਲ ਨੂੰ ਠੰਡ ਪੈਂਦੀ ਸੀ ਜੀ, ਅਤੇ ਠੰਡ ਪੈਂਦੀ ਸੀ ਅਤੇ ਮੁਕਾਮ ਮਿਲਿਆ ਸਹਾਬੀਅਤ ਦਾ। ਹੈ ਮਾਂ ਬਾਪ ਦੀ ਖਿਦਮਤ ਕੀਤੀ, ਅੱਜ ਇਹ ਦਰਜਾ ਮਿਲ ਗਿਆ। ਇਸ ਵਜ੍ਹਾ ਤੋਂ ਇੱਕ ਵਕਤ ਐਸਾ ਆਉਂਦਾ ਹੈ, ਕੁਛ ਕਿਸਮਤ ਕਿਹੜੇ ਲੋਕ ਨੇ ਖੁਦਾ ਦੀ ਕਸਮ, ਜਿਹੜੇ ਵਕਤ ਦੀ ਕਦਰ ਕਰਦੇ ਪਏ ਨੇ। ਮਤਲਬ ਉਮਰੇ ਫਰੂਕ ਦੇ ਦੌਰ ਦੇ ਅੰਦਰ ਇੱਕ ਸ਼ਖਸ ਆਇਆ, ਉਹਨੇ ਆ ਕੇ ਅਰਜ਼ ਕੀਤੀ ਕਿ ਹਜ਼ੂਰ ਮੈਂ ਇੱਕ ਵਕਤ ਸੀ, ਮੇਰਾ ਜਦੋਂ ਬਚਪਨ ਸੀ ਮੈਂ ਮਾਂ ਦੇ ਉੱਤੇ ਪਿਸ਼ਾਬ ਕਰ ਦਿੰਦਾ ਸੀ, ਮੈਂ ਵਾਲਦਾ ਦੇ ਉੱਤੇ ਪਿਸ਼ਾਬ ਕਰ ਦਿੰਦਾ ਸੀ। ਅੱਜ ਉਹ ਵਕਤ ਹੈ ਕਿ ਵਾਲਦਾ ਜ਼ਈਫ ਹੋ ਗਈ, ਵਾਲਦਾ ਜ਼ਈਫ ਹੋ ਗਈ ਹੈ, ਉਹ ਮੇਰੇ ਉੱਤੇ ਪਿਸ਼ਾਬ ਕਰ ਦਿੰਦੀ ਹੈ। ਹਜ਼ਰਤ ਉਮਰ ਫਰੂਕ ਨੂੰ ਅਰਜ਼ ਕਰਨ ਤੱਕ ਲੱਗਾ ਕਿ ਹਜ਼ੂਰ ਮੈਂ ਜਿਸ ਤਰ੍ਹਾਂ ਮੈਂ ਵਾਲਦਾ ਦੇ ਉੱਤੇ ਪਿਸ਼ਾਬ ਕਰਦਾ ਰਿਹਾ, ਅੱਜ ਉਹ ਵਕਤ ਹੈ ਵਾਲਦਾ ਮੇਰੇ ਉੱਤੇ ਪਿਸ਼ਾਬ ਕਰ ਦਿੰਦੀ ਹੈ। ਸਵਾਲ ਕੀ ਕਰਦਾ ਹੈ, ਕਹਿੰਦਾ ਸਰਕਾਰ ਮੇਰੇ ਤੇ ਵਾਲਦਾ ਨੇ ਪਿਸ਼ਾਬ ਕੀਤਾ, ਮੈਂ ਵਾਲਦਾ ਤੇ ਪਿਸ਼ਾਬ ਕੀਤਾ, ਕਿਆ ਮੇਰੇ ਤੇ ਜਿਹੜੇ ਅਹਿਸਾਨ ਸਨ ਉਹ ਪੂਰੇ ਹੋ ਗਏ ਨੇ? ਅੱਲਾਹ ਹਾਏ ਹਾਏ ਹਾਏ। ਆਪ ਨੇ ਫਰਮਾਇਆ ਕਿ ਪੁੱਤਰਾ ਇਹ ਕੰਮ ਨਹੀਂ ਹੁੰਦਾ, ਅਹਿਸਾਨ ਦਾ ਬਦਲਾ ਤੂੰ ਨਹੀਂ ਦੇ ਸਕਦਾ। ਹਜ਼ੂਰ ਕਿਸ ਤਰ੍ਹਾਂ? ਆਪ ਨੇ ਫਰਮਾਇਆ ਇੱਕ ਵਕਤ ਸੀ ਜਦੋਂ ਤੂੰ ਵਾਲਦਾ ਦੇ ਉੱਤੇ ਪਿਸ਼ਾਬ, ਫਰਮਾਇਆ ਕਿ ਡਿਫਰੈਂਸ ਹੀ ਬੜਾ ਹੈ, ਫਰਕ ਹੀ ਬੜਾ ਹੈ, ਤੇਰੀ ਅਤੇ ਮਾਂ ਦੀ ਗੱਲ 'ਚ ਫਰਕ ਹੀ ਬੜਾ ਹੈ। ਫਰਮਾਇਆ ਕਿ ਜਦੋਂ ਤੂੰ ਮਾਂ ਦੇ ਉੱਤੇ ਪਿਸ਼ਾਬ ਕਰਦਾ ਸਾਂ ਤੂੰ ਛੋਟਾ ਹੁੰਦਾ ਸਾਂ, ਅਤੇ ਮਾਂ ਕਹਿੰਦੀ ਸੀ ਅੱਲਾ ਮੇਰੀ ਪੁੱਤਰ ਨੂੰ ਉਮਰ ਦਰਾਜ਼ ਕਰੇ, ਮੇਰੇ ਬੇਟੇ ਦੀ ਉਮਰ ਦਰਾਜ਼ ਕਰੇ। ਅਤੇ ਜਦੋਂ ਮਾਂ ਦੇ ਉੱਤੇ ਇਹ ਵਕਤ ਆਉਂਦਾ ਅਤੇ ਬੱਚਾ ਕਹਿੰਦਾ ਕਿ ਅੱਲਾ ਇਹਨੂੰ ਪੜਦਾ ਦੇ ਦੇਵੇ, ਅੱਲਾ ਇਹਨੂੰ ਪੜਦਾ ਦੇ ਦੇ, ਫਰਮਾਇਆ ਕਿ ਲਫ਼ਜ਼ਾਂ ਦੇ ਅੰਦਰ ਫਰਕ ਬੜਾ ਹੈ। ਫਰਮਾਇਆ ਕਿ ਕਿਸ